ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਉੱਘੇ ਅਕਾਲੀ ਨੇਤਾ ਸਿਰੜੀ ਆਜ਼ਾਦੀ ਘੁਲਾਟੀਏ ਬੇਦਾਗ ਸ਼ਖਸੀਅਤ ਅਤੇ ਮਹਾਨ ਚਿੰਤਕ ਮਾਸਟਰ ਤਾਰਾ ਸਿੰਘ ਜੀ ਨੂੰ ਅੱਜ ਅਸੀਂ ਉਹਨਾਂ ਦੀ 50ਵੀਂ ਬਰਸੀ 'ਤੇ ਯਾਦ ਕਰ ਰਹੇ ਹਾਂ। ਇਸ ਯਾਦ ਨੂੰ ਅਸੀਂ ਉਹਨਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਨਾਲ ਸ਼ੁਰੂ ਕਰ ਰਹੇ ਹਾਂ। 24 ਜੂਨ 1885 ਦਾ ਸ਼ੁਭ ਦਿਹਾੜਾ ਸੀ ਜਦੋਂ ਪਿਤਾ ਬਖਸ਼ੀ ਗੋਪੀ ਚੰਦ ਜੀ ਪਟਵਾਰੀ ਉਹਨਾਂ ਦੇ ਘਰ ਇਹਨਾਂ ਦਾ ਜਨਮ ਹੋਇਆ। ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ ਹੁਣ ਪਾਕਿਸਤਾਨ ਇਹਨਾਂ ਦਾ ਜਨਮ ਸਥਾਨ ਸੀ। ਖੰਡਰ ਬਤਾ ਰਹੇ ਹੈ ਇਮਾਰਤ ਹਸੀਨ ਥੀ रावलपिंडी की तहसील गुजर खान के गांव गुलियाना में वाके इस हवेली में मशहूर सिख रहनुमा मास्टर तारा सिंह ने आंखें खोली। गुजराती डाबी विद्यु था और ये उसकी हवेली थी और तारा सिंह उसी की औलाद में से था। हिंदू मुस्लिम फसादात की जद में आने वाली इस हवेली के दरो दीवार शायद आज भी उसी आग में सुलग रहे हैं। बुजुर्गों से सुना ये बहुत पुरानी हवेली है, तारीखी हवेली है, अब ये टूट फूट का शिकार है। तकरीबन 300-400 साल पुरानी बड़ी खूबसूरत हवेली थी, हिंदू मुस्लिम फसाद में इसको जला दिया गया। वक्त की मकड़ी ने वीरानी के जाले ताने तो इसकी खूबसूरती को भी दीमक चाट गई। गांव के बीचों बीच कायम हवेली तारा सिंह आज भी अपनी बुनियादों पर तो डटी हुई है, लेकिन वक्त ने शानो शौकत के बजाय अब इसका दामन खस्ता हाली से भर दिया है। कैमरामैन सैयद वाजिद अली के साथ एहसन अंसारी, समा गुलियाना गुजर खान। ए परिवार सहजधारी सिख सन। इन्हों का जन्म का नाम भी नानक चंद सी। संत ततर सिंह जी मस्तुआने वाले की प्रेरणा नाल 16 साल की उम्र में यह अमृत छक के नानक चंद तो सरदार तारा सिंह सज गए। मुढ़ली विद्या पिंड के स्कूल तो ਬੜਾ ਅਹਿਮ ਇਲਾਕਾ ਜਿਸ ਦਾ ਨਾਂ ਹਰਨਾਲ ਹਰਿਆਲ, ਜਿਹੜਾ ਮੰਦਰਾ ਰੋਡ ਤੋਂ ਕਿੰਨੀ ਕਹਿ ਚੱਕਵਾਲ ਰੋਡ ਨੇ ਦਰਮਿਆਨ ਵਾਕਿਆ ਹੈ। ਇੱਥੇ ਨਵੀਂ ਅਹਿਮੀਅਤ ਦੇ ਹਵਾਲੇ ਤੋਂ ਅੱਜ ਅਸਾਂ ਜਾਣ ਸਾਂ। ਅਸਾਂ ਨਾ ਆਜ਼ਾਦ ਦੇਸਨ ਡਿਸਟ੍ਰਿਕਟ ਡਾਇਰੀ ਵਿੱਚ ਪਾਕਿਸਤਾਨ ਹੈਰੀਟੇਜ ਕਲੱਬ ਦੇ ਪ੍ਰੈਜ਼ੀਡੈਂਟ ਸ਼ਾਹਿਦ ਸ਼ਬੀਰ, ਉਹਨਾਂ ਕੋਲੋਂ ਪੁੱਛਾਂ ਕਿ ਇਸ ਹਵਾਲੇ ਨਾਲ ਉਹ ਕਿੱਦਾਂ ਕੀ ਜਾਣਦੇ ਨੇ ਔਰ ਇਸਦੀ ਤਾਰੀਖੀ ਅਹਿਮੀਅਤ ਕਿਆ ਹੈ। ਇਹ ਪਿੱਛੇ ਬੈਕ ਸਕਰੀਨ ਦੇ ਉੱਤੇ ਜਿਹੜਾ ਤੁਹਾਨੂੰ ਸਕੂਲ ਨਜ਼ਰ ਆ ਰਿਹਾ ਹੈ, ਹਰਿਆਲ ਹਾਈ ਸਕੂਲ, ਜਿਹੜਾ ਕਿ ਉਸ ਵਕਤ ਮਿਡਲ ਸਕੂਲ ਜਿਹੜਾ ਸੀ ਹਰਨਾਲ ਸੀ। ਕਮਾਲ ਦੀ ਹਿਸਟਰੀ ਹੈ ਜੀ। ਇੱਥੇ ਦੇ ਇੱਕ ਮਾਸਟਰ ਨੇ ਪੰਜਾਬ ਦੀ ਪੂਰੀ ਤਵਾਰੀਖ ਜਿਹੜੀ ਉਹਨੂੰ ਬਦਲ ਕੇ ਰੱਖ ਦਿੱਤਾ। ਮੈਂ ਗੱਲ ਕਰਨਾ ਚਾਹ ਰਿਹਾ ਹਾਂ ਨਾਨਕ ਚੰਦ ਮਲਹੋਤਰਾ, ਅਲ ਮਸ਼ਹੂਰ ਮਾਸਟਰ ਤਾਰਾ ਸਿੰਘ। ਮਾਸਟਰ ਤਾਰਾ ਸਿੰਘ 1885 ਦੇ ਵਿੱਚ ਇੱਥੇ ਪੈਦਾ ਹੁੰਦੇ ਨੇ। ਇਹ ਨਾਲ ਹੀ ਹਰਿਆਲ ਔਰ ਹਰਨਾਲ ਦੋਵੇਂ ਜੁੜੇ ਹੋਏ ਨੇ। ਇੱਥੇ ਹੀ ਉਹਨਾਂ ਦੀ ਪੈਦਾਇਸ਼ ਹੁੰਦੀ ਹੈ ਔਰ ਆਪਣਾ ਸਮਝ ਲਓ ਕਿ ਬੇਸਿਕ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਇੱਥੇ ਹੀ ਹਾਸਲ ਕਰਦੇ ਨੇ ਔਰ 1907 ਦੇ ਵਿੱਚ ਜਾ ਕੇ ਉਹ ਗ੍ਰੈਜੂਏਸ਼ਨ ਕਰਦੇ ਨੇ ਅੰਮ੍ਰਿਤਸਰ ਤੋਂ ਔਰ ਉਸ ਤੋਂ ਬਾਅਦ ਵਾਪਸ ਆ ਗਏ। ਵਾਪਸ ਆਉਣ ਤੋਂ ਬਾਅਦ ਆਪਣੇ ਕੈਰੀਅਰ ਦਾ ਆਗਾਜ਼ ਜਿਹੜਾ ਇਹਨਾਂ ਨੇ ਖਾਲਸਾ ਸਕੂਲਾਂ ਦੀ ਪੜ੍ਹਾਈ ਤੋਂ ਸ਼ੁਰੂ ਕੀਤਾ। ਲਾਇਲਪੁਰ ਖਾਲਸਾ ਸਕੂਲ ਜਿਹੜੇ ਸਨ ਉਹਨਾਂ ਦੀ ਚੇਂਜ ਵਿੱਚ ਇਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਔਰ ਉੱਥੋਂ ਇਹਨਾਂ ਨੂੰ ਪਾਪੂਲਰਿਟੀ ਮਿਲੀ। ਫਿਰ ਮਿਸ਼ਨਰੀ ਸਕੂਲ ਤੋਂ ਅਤੇ ਉੱਚ ਵਿੱਦਿਆ ਇਹਨਾਂ ਨੇ ਅੰਮ੍ਰਿਤਸਰ ਖਾਲਸਾ ਕਾਲਜ ਤੋਂ ਪ੍ਰਾਪਤ ਕੀਤੀ। ਇਹ ਹਾਕੀ ਅਤੇ ਫੁੱਟਬਾਲ ਸਭ ਲਈ ਇੱਕ ਮਿਸਾਲ ਸੀ। ਕੁਝ ਰਾਜਨੀਤਿਕ ਲੋਕ ਇਹ ਸਮਝਦੇ ਸਨ ਕਿ ਸਾਫ਼ ਕਿਰਦਾਰ ਦੇ ਲੋਕਾਂ ਤੋਂ ਬਿਨਾਂ ਇਮਾਨਦਾਰ ਰਾਜਨੀਤੀ ਨਹੀਂ ਹੋ ਸਕਦੀ, ਸੋ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਨਾਲ ਮਾਸਟਰ ਜੀ ਨੂੰ ਰਾਜਨੀਤੀ ਵਿੱਚ ਆਉਣ ਲਈ ਮਨਾ ਹੀ ਲਿਆ। ਉਹਨਾਂ ਦਿਨਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ। 21 ਮਈ 1920 ਨੂੰ ਲਾਹੌਰ ਤੋਂ ਰੋਜ਼ਾਨਾ ਅਖ਼ਬਾਰ ਅਕਾਲੀ ਸ਼ੁਰੂ ਹੋਇਆ ਸੀ। ਇਸ ਬਦੌਲਤ ਅਕਾਲੀ ਲੀਡਰ ਇੱਕ ਮੰਚ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸੰਨ 1920 ਤੋਂ 1925 ਇਹ ਸੰਘਰਸ਼ ਦਾ ਦੌਰ ਸੀ। ਇਸ ਸਮੇਂ ਦੌਰਾਨ ਸੈਂਕੜੇ ਸਿੱਖ ਸ਼ਹੀਦ ਹੋਏ, ਹਜ਼ਾਰਾਂ ਜੇਲ੍ਹਾਂ ਵਿੱਚ ਗਏ ਅਤੇ ਹੋਰ ਕਈ ਕਿਸਮ ਦੇ ਤਸੀਹੇ ਝੱਲੇ। ਮਾਸਟਰ ਜੀ ਵੀ ਇਸ ਦੌਰਾਨ ਕਈ ਵਾਰ ਜੇਲ੍ਹ ਗਏ। ਇਸ ਤੋਂ ਬਾਅਦ ਮਾਸਟਰ ਜੀ ਨੇ ਆਜ਼ਾਦੀ ਦੀ ਲੜਾਈ ਵਿੱਚ ਵੀ ਕਈ ਵਾਰ ਜੇਲ੍ਹ ਕੱਟੀ।
ਇਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਲਗਭਗ 10 ਸਾਲ ਜੇਲ੍ਹਾਂ ਵਿੱਚ ਗੁਜ਼ਰੇ। ਉਨੀ ਦਿਨੀ 17 ਜੁਲਾਈ 1926 ਨੂੰ ਤੇਜਾ ਸਿੰਘ ਸਮੁੰਦਰੀ ਜੀ ਜੇਲ੍ਹ ਵਿੱਚ ਹੀ ਚੜ੍ਹਾਈ ਕਰ ਗਏ ਸਨ ਅਤੇ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਨੂੰ ਲੀਡਰ ਚੁਣ ਲਿਆ ਗਿਆ। ਮਾਸਟਰ ਜੀ 17 ਸਤੰਬਰ 1926 ਨੂੰ ਰਿਹਾਅ ਹੋ ਗਏ ਅਤੇ ਇਸ ਤੋਂ ਬਾਅਦ ਮਾਸਟਰ ਜੀ 40 ਸਾਲ ਤੱਕ ਸਿੱਖ ਸਿਆਸਤ ਦਾ ਧੁਰਾ ਬਣੇ ਰਹੇ। ਮਾਸਟਰ ਜੀ ਦਾ ਯੋਗਦਾਨ ਜੋ ਸਿੱਖ ਸਿਆਸਤ, ਸਮਾਜ ਅਤੇ ਦੇਸ਼ ਦੀ ਆਜ਼ਾਦੀ ਲਈ ਰਿਹਾ, ਉਸ ਨੂੰ ਕੁਝ ਮਿੰਟਾਂ ਵਿੱਚ ਤਾਂ ਕੀ ਕਈ ਮਹੀਨਿਆਂ ਵਿੱਚ ਕਹਿਣਾ ਮੁਸ਼ਕਲ ਹੈ। ਇਹਨਾਂ ਦੇ ਹਰ ਦਿਨ ਦੇ ਸੰਘਰਸ਼ ਦੀ ਇੱਕ ਵੱਖਰੀ ਕਹਾਣੀ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਨਾਲ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਤੋਂ ਬਾਅਦ ਸੈਂਟਰ ਸਰਕਾਰ ਤੋਂ ਸਿੱਖ ਮੰਗਾਂ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਆਖਰੀ ਸਾਹ ਤੱਕ ਚੱਲਦੀ ਰਹੀ। 1966 ਵਿੱਚ ਪੰਜਾਬੀ ਸੂਬਾ ਬਣ ਗਿਆ। 1967 ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਪਹਿਲੀ ਸਰਕਾਰ ਬਣੀ ਜੋ ਸਿਰਫ 8 ਮਹੀਨੇ ਚੱਲੀ। 22 ਨਵੰਬਰ 1967 ਨੂੰ ਇਹ ਸਰਕਾਰ ਟੁੱਟ ਗਈ ਅਤੇ ਇਹ ਉਹੀ ਦਿਨ ਸੀ ਜਦੋਂ ਇਸ ਦੂਰ ਅੰਦੇਸ਼ ਸ਼ਖਸੀਅਤ ਨੇ ਸੰਘਰਸ਼ ਭਰੀ ਦੁਨੀਆ ਨੂੰ ਆਖਰੀ ਫਤਿਹ ਬੁਲਾਈ। ਉਹ ਕਹਿੰਦੇ ਹੁੰਦੇ ਸਨ ਕਿ ਮੈਂ ਮਰਾਂ ਮੇਰਾ ਪੰਥ ਜੀਵੇ, ਮੈਂ ਮਰਾਂ ਮੇਰਾ ਪੰਥ ਜੀਵੇ। ਅੱਜ ਉਹਨਾਂ ਦੀ 50ਵੀਂ ਯਾਦ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ। ਉਹਨਾਂ ਨੇ ਕਦੇ ਵੀ ਕਿਸੇ ਅਹੁਦੇ ਜਾਂ ਪਦਵੀ ਬਾਰੇ ਨਹੀਂ ਸੀ ਸੋਚਿਆ। ਉਹਨਾਂ ਨੇ ਕਦੇ ਵੀ ਅਸੈਂਬਲੀ ਜਾਂ ਪਾਰਲੀਮੈਂਟ ਦੀ ਚੋਣ ਲੜਨ ਦੀ ਇੱਛਾ ਨਹੀਂ ਸੀ ਕੀਤੀ। ਉਹ ਇੱਕ ਚੰਗੇ ਲੀਡਰ ਹੀ ਨਹੀਂ ਸਗੋਂ ਇੱਕ ਚੰਗੇ ਅਖਬਾਰ ਨਵੀਸ ਅਤੇ ਵਧੀਆ ਲੇਖਕ ਸਨ। ਸੱਚ ਦਾ ਢਡੋਰਾ, ਪਰਦੇਸੀ ਖਾਲਸਾ ਵਰਗੇ ਅਖਬਾਰ ਅਤੇ ਸੰਤ ਸਵਾਹੀ ਮਾਸਕ ਮੈਗਜ਼ੀਨ ਸ਼ੁਰੂ ਕੀਤੇ। ਉਹ ਪੰਜਾਬੀ ਦੇ ਪਹਿਲੇ ਸਵੈ ਜੀਵਨੀ ਲੇਖਕ ਸਨ। ਮੇਰੀ ਯਾਦ ਉਹਨਾਂ ਨੇ 1945 ਵਿੱਚ ਛਪਾ ਦਿੱਤੀ ਸੀ। ਉਹਨਾਂ ਦਾ ਸਫ਼ਰਨਾਮਾ ਉਹਨਾਂ ਦੇ ਪਿੱਛੋਂ ਉਹਨਾਂ ਦੀ ਬੇਟੀ ਡਾਕਟਰ ਰਜਿੰਦਰ ਕੌਰ ਨੇ ਛਪਵਾਇਆ। ਉਹਨਾਂ ਦਾ ਨਾਵਲ ਪ੍ਰੇਮ ਲਗਨ ਇੱਕ ਸ਼ਾਨਦਾਰ ਨਾਵਲ ਹੈ। ਬਹੁਤ ਅਜਿਹਾ ਕੁਝ ਹੈ ਜੋ ਉਹਨਾਂ ਦੀ ਨੇਕ ਸ਼ਖਸੀਅਤ ਬਾਰੇ ਛੁਪਿਆ ਹੋਇਆ ਹੈ। ਅੱਜ ਅਸੀਂ ਉਹਨਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੋਂ ਹੇਠਾਂ ਆ ਰਹੇ ਹਾਂ ਅਤੇ ਸਾਡੀ ਸ਼ਾਨਦਾਰ ਵਿਰਾਸਤ ਅਣਗੌਲੀ ਹੋ ਰਹੀ ਹੈ। ਅੱਜ ਦੇ ਦੌਰ ਵਿੱਚ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਉੱਚੇ ਕਿਰਦਾਰ ਦੇ ਲੀਡਰਾਂ ਬਾਰੇ ਜਾਣੀਏ, ਉਹਨਾਂ ਦੀ ਜੀਵਨ ਜਾਂਚ ਨੂੰ ਸਮਝੀਏ ਅਤੇ ਅੱਜ ਦੇ ਲੀਡਰਾਂ ਨੂੰ ਇਸ ਕਸਵੱਟੀ 'ਤੇ ਪਰਖ ਕੇ ਅਗਵਾਈ ਕਰਨ ਦੇ ਮੌਕੇ ਦਈਏ। ਅਖੀਰ ਵਿੱਚ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਬਹੁਤ ਹੀ ਸ਼ਰਧਾ ਨਾਲ ਸੀਸ ਝੁਕਾਉਂਦਾ ਹੋਇਆ ਸਭ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ।